ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਥਾਣਾ ਵੈਰੋਵਾਲ ਵਿਖੇ ਇੱਕ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। ਦਰਅਸਲ ਇਹ ਮਾਮਲਾ ਪਿੰਡ ਪੱਖ ਦਾ ਹੈ, ਜਿੱਥੋਂ ਦਾ ਇੱਕ ਨੌਜਵਾਨ ਪਿੰਡ ਦੀ ਹੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਵਰਗਲਾ ਕੇ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਪਰ ਹੁਣ ਉਹਨਾਂ ਨੂੰ ਆਪਣੀ ਕੁੜੀ ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਤਾਂ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀ ਕਿ ਮੁੰਡਾ ਕੁੜੀ ਨੂੰ ਜੇਲ੍ਹ ਭੇਜ ਦਿੱਤਾ ਗਿਆ, ਪਰ ਕੁੜੀ ਵਾਲਿਆਂ ਦੇ ਨਾਲ ਕੁੜੀ ਦੀ ਕੋਈ ਗੱਲਬਾਤ ਨਹੀਂ ਕਰਵਾਈ ਗਈ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਆਪਣੀ ਕੁੜੀ ਦੇ ਬਾਰੇ ਦੇ ਵਿੱਚ ਇਹ ਪਤਾ ਲੱਗਿਆ ਕਿ ਉਹ ਜੇਲ੍ਹ ਦੇ ਵਿੱਚ ਨਹੀਂ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੀ ਕੁੜੀ ਦੀ ਭਾਲ ਕੀਤੀ ਜਾਵੇ।
ਮੇਰਾ ਨਾਂ ਬੱਬੀ। ਮੇਰੀ ਕੁੜੀ ਆਈ ਤੇ ਮਤਲਬ ਮੁੰਡਾ ਭਜਾ ਕੇ ਲੈ ਗਿਆ। ਕੌਣ ਭਜਾ ਕੇ ਲੈ ਗਿਆ? ਮੁੰਡਾ। ਕਿਹੜਾ ਪਿੰਡ ਦਾ? ਕੱਕਾਂ ਦਾ ਹੀ। ਕੀ ਨਾਮ ਮੁੰਡੇ ਦਾ? ਗੁਰ ਸਾਹਿਬ। ਅੱਛਾ ਜੀ। ਰਾਜਵਿੰਦਰ ਕੌਰ। ਕਿੰਨੀ ਉਮਰ ਹੋਊਗੀ? 22 ਸਾਲ। ਮੈਂ ਇਸ ਕੈਦ ਕੀਤੀ, ਮੈਂ ਬਹੁਤ ਤੰਗ ਹਾਂ ਮੁੰਡੇ ਦੇ ਹੱਥੋਂ, ਬਹੁਤ ਜ਼ਿਆਦਾ ਤੰਗ ਕਰਦਾ ਸੀ। ਦਵਾਈ ਵੀ ਦੇ ਕੇ ਗਿਆ ਸੀ, ਸੋਨਾ ਵੀ ਲੈ ਗਿਆ ਮੇਰਾ 4 ਤੋਲੇ, ਅਤੇ ਬਹੁਤ ਜ਼ਿਆਦਾ ਨਿਆਂ ਕੀਤਾ। ਮੈਂ ਆਖਿਆ ਕਿ ਹੁਣ ਵਿਆਹ ਵੀ ਦਿੱਤਾ ਸੀ 30 ਤਰੀਕ ਦਾ, ਅਤੇ ਵਿਆਹ ਤੋਂ ਵੀ ਭਜਾ ਕੇ ਲੈ ਗਿਆ ਕਿ ਮੈਂ ਤੇਰੇ ਨਾਲ ਵਿਆਹ ਕਰੂੰਗਾ। ਹਾਂਜੀ। ਸਾਡੀ ਕੁੜੀ ਨਹੀਂ ਮੈਂ ਆਉਂਦੀ, ਮੇਰੀ ਕੁੜੀ ਚਾਹੀਦੀ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਚਾਹ 15 ਤਰੀਕ ਦੀ ਕੁੜੀ ਗਿਆ ਵਿਆਹ, 12 ਦੀ ਲਿਆਂਦੀ ਇਹਨਾਂ ਨੇ, 15 'ਤੇ ਮੈਂ ਰਿਪੋਰਟ ਲਿਖਾਈ ਆ। ਅਤੇ ਨਹੀਂ 12 ਤਰੀਕ ਦੀ ਆ, 12 ਤਰੀਕ ਦੀ ਥਾਣੇ, 22 ਸਾਲ, ਰਾਜਵਿੰਦਰ ਕੌਰ। ਇਹਨਾਂ ਮੁੰਡੇ ਦੇ ਸੰਬੰਧ 'ਚ ਲਿਆਂਦੀ ਆ, ਵਿਆਹ ਮੁੰਡਾ ਭਜਾ ਕੇ ਲਿਆ ਵੀ ਵਿਆਹ ਕਰਾਂਗੇ ਅਸੀਂ, ਇਹ ਸਭ ਰਲੀਆਂ ਚੁੱਕਦੇ ਆ। ਹਾਂਜੀ, ਮੇਰੀ ਕੁੜੀ ਚਾਹੀਦੀ। ਰਾਤੀ ਮੈਨੂੰ ਸੂਹ ਲੱਗੀ ਆ, ਪਹਿਲਾਂ ਇਹਨੇ ਕਿਹਾ ਵੀ ਕੁੜੀ ਮਿਲਾਵਾਂਗੇ, ਮੈਂ 5 ਵਜੇ ਤੱਕ ਥਾਣੇ ਰਹੀ, ਇਹਨਾਂ ਕੁੜੀ ਨਹੀਂ ਮਿਲਾਈ। ਫਿਰ ਸੂਹ ਲੱਗੀ ਵੀ 10 ਵਜੇ ਕੁੜੀ ਹੈ ਅਤੇ ਅਸੀਂ ਆਏ ਅਤੇ ਕੁੜੀ ਇਹਨਾਂ ਨੇ ਅੰਦਰ ਕੀਤੀ। ਇਹ ਵਾਲੀ ਕਬਰ 10 ਵਜੇ ਕੁੜੀ ਮਤਲਬ ਲੰਮੇ ਪਈ ਸੀ ਅੰਦਰ। ਹਾਂ ਹੈਗੀ ਸੀ ਜਨਾਨੀ। ਹਾਂਜੀ, ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ 'ਤੇ, ਮੁਲਾਜ਼ਮਾਂ 'ਤੇ। ਮੇਰੀ ਬੇਟੀ ਤੋਂ, ਮੈਨੂੰ ਬੇਟੀ ਨਹੀਂ ਚਾਹੀਦੀ, ਆਈ ਦੀ ਮੇਰੀ ਬੇਟੀ ਨਹੀਂ ਦਿੰਦੇ। ਮੁੰਡਾ ਕੁੜੀ ਨੂੰ ਭਜਾ ਕੇ ਲੈ ਗਿਆ 12 ਤਰੀਕ ਨੂੰ, 12 ਹੋਈ ਅਤੇ ਬਾਅਦ ਦੇ ਵਿੱਚ ਮਤਲਬ ਉਹਨਾਂ ਨੇ ਆਪਣੇ ਘਰ ਕੁੜੀ ਨੂੰ ਛੱਡ ਲਿਆ, ਲੈ ਕੇ ਪੁਲਿਸ ਉਹਨਾਂ ਨੇ ਆਪ ਹੀ ਸੱਦੀ ਆ, ਅਤੇ ਇੱਥੇ ਮੁੰਡਾ ਅਤੇ ਕੁੜੀ ਇੱਥੇ ਆ ਗਏ ਹੈਗੇ, ਅਤੇ ਉਦੋਂ ਇਹਨੂੰ ਮਿਲਣ ਦਿੰਦੇ ਸੀ ਮਤਲਬ ਕੁੜੀ ਨੂੰ, ਉਦੋਂ ਬਾਅਦ ਨਹੀਂ ਮੁੜ ਕੇ ਮਿਲਣ ਦਿੰਦਾ। 3 ਕੁ ਦਿਨ 12 ਤੋਂ ਲੈ ਕੇ 15 ਨੂੰ ਪਰਚਾ ਹੋ ਗਿਆ, ਮੁੰਡਾ ਸ਼ਾਮਾਂ ਨੂੰ ਜਾਂਦਾ ਜੇਲ੍ਹ 'ਚ। ਪੁੱਛਿਆ ਸਾਨੂੰ ਜਿਹੜੇ ਉਹਨਾਂ ਦੇ ਬੰਦੇ ਆ, ਉਹ ਕਹਿੰਦੇ ਵੀ ਜੇਲ੍ਹ 'ਚ ਲੈ ਗਏ ਆ, ਅਤੇ ਹੈ ਚਲੋ ਚੰਗਾ, ਕੁੜੀ ਵੀ ਜੇਲ੍ਹ ਚੱਲ ਗਈ, ਮੁੰਡਾ ਚੱਲ ਗਿਆ। ਕੋਈ ਬਾਅਦ ਸਾਨੂੰ ਪਤਾ ਲੱਗਾ ਵੀ ਕੁੜੀ ਤੁਹਾਡੀ ਕਿਤੇ ਆਸੇ ਪਾਸੇ ਇੱਦਾਂ ਘੁੰਮਦੀ ਫਿਰਦੀ, ਕਿੱਦਾਂ ਹਵਾ ਲੱਗੀ, ਫਿਰ ਅਸੀਂ ਪਹੁੰਚ ਛੱਡ ਕੀਤੇ। ਵਾਕਈ ਉਹ ਗੱਲ ਸੱਚ ਨਹੀਂ, ਕੁੜੀ ਤਾਂ ਰਾਤੀ ਦੇ ਠਾਣੇ ਸੀਗੀ। ਕੀ ਮੰਗ ਕਰਦੇ ਹੁੰਦੇ ਸੀ? ਕੁੜੀ ਮੰਗਦੇ, ਕੁੜੀ ਸਾਡੀ ਵਾਪਸ ਚਾਹੀਦੀ ਸਾਨੂੰ। ਬੱਬੀ ਪਤਨੀ ਬਲਵਿੰਦਰ ਕੌਰ ਨੇ ਸਲਾਹ ਦਿੱਤੀ ਸੀ ਉਹਦੀ ਲੜਕੀ ਨੂੰ, ਉਹ ਮੁੰਡਾ ਗੁਰਸਾਹਿਬ ਸਿੰਘ ਸਾਜੂ ਉਹਨਾਂ ਦੇ ਪਿੰਡ ਦਾ ਹੀ ਆ ਜਿਹੜਾ, ਜਿਹੜੇ ਦੋਵੇਂ ਬਲਗਾ, ਅਤੇ ਉਹਨੂੰ ਬਗਲਾ ਕੇ ਲੈ ਗਿਆ। ਉਹਦੇ ਐੱਸ ਆਈ ਨਰਿੰਦਰ ਕੌਰ ਨੇ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਅਤੇ ਸਾਰੀ ਕਾਰਵਾਈ ਉਹਦੇ ਦੌਰਾਨ ਜਾਂਦੀ। ਹਾਂਜੀ, ਮੁਕੱਦਮਾ 363-366 ਹੈ। ਹਾਂ, ਦੋਸ਼ੀ ਦੀ ਅਰੈਸਟ ਪੈ ਗਈ 15 ਦਿਨ, ਨਾਲ ਹੀ ਜੇਲ੍ਹ 'ਚ ਜਾ ਚੁੱਕਾ। ਉਹਦੇ ਬਾਰੇ ਮੈਡਮ ਨਰਿੰਦਰ ਕੌਰ ਹੀ ਦੱਸ ਸਕਦੀ ਹੈ। ਬਿਲਕੁਲ ਗੈਜਰੀ ਰਾਸਤੇ ਰੱਖੀ ਹੋਈ, ਇਹਦੇ ਬਾਰੇ ਨਰਿੰਦਰ ਕੌਰ ਸਾਊਂਡ ਪੈਟ ਸਾਡੀ ਤਫਤੀਸ਼ੀ ਆ। ਇਹ ਆਪਣਾ 15 ਤਰੀਕ ਨੂੰ ਪਰਚਾ ਦਿੱਤਾ ਕੋਰਟ ਦੇ ਵਿੱਚ, ਉਹਨੇ ਪੇਸ਼ ਕੀਤੀ ਆ, ਕੁੜੀ ਵੀ ਅਤੇ ਮੁੰਡਾ ਵੀ, ਉਹਨੂੰ ਪੇਸ਼ ਕੀਤਾ। ਇਹਦੇ ਬਾਰੇ ਨਰਿੰਦਰ ਕੌਰ ਦੱਸ ਸਕਦੀ ਹੈ ਮੁੜ ਕੇ ਵੀ ਉਹ ਆਪਣਾ ਕੋਰਟ ਦੇ ਵਿੱਚ ਵੀ ਉਹਨੇ ਕਿਹਦੇ ਸਪੁਰਦ ਕੀਤੀ ਆ, ਉਹਦੇ ਬਾਰੇ ਮੈਨੂੰ ਨੌਲੇਜ ਨਹੀਂ ਗੀ। ਅਤੇ ਉਸ ਤੋਂ ਬਾਅਦ ਨਰਿੰਦਰ ਕੌਰ ਇਹ ਇਤਰਾਜ਼ ਚੁਕਾਉਂਦੇ ਵੀ ਸਾਡੀ ਕੁੜੀ ਕਿੱਥੇ ਆ, ਅਤੇ ਨਰਿੰਦਰ ਕੌਰ ਨੇ ਕੱਲ੍ਹ ਮਤਲਬ ਕੁੜੀ ਜਿੰਨਾ ਦੇ ਹਵਾਲੇ, ਮਤਲਬ ਵੀ ਉਹਨੂੰ ਪਤਾ ਉਹ ਕਿੱਥੇ ਆਪਣੇ ਜਿਵੇਂ ਹਵਾਲੇ ਕੀਤੀ ਉਹਨਾਂ ਦੇ, ਅੱਜ ਫਿਰ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕਰਕੇ ਅਤੇ ਉਹਨੂੰ ਉਹ ਭੇਜਣਾ ਨਾਲੇ ਦੇ ਖੇਤਰ ਭੇਜ ਦਿਆ। ਉਹ ਮੈਡਮ ਕੁਲਵਿੰਦਰ ਕੌਰ ਦੱਸ ਸਕਦੀ ਉਹਦੀ ਕਸਟਡੀ 'ਚ, ਮੈਂ ਉਹ ਦੱਸ ਨਰਿੰਦਰ ਕੌਰ ਸਾਊਂਡ ਪੈਟ ਦੱਸ ਸਕਦੀ ਉਹਦੀ ਲੇਡੀ ਫੋਰਸ ਉਹਦੇ ਨਾਲ ਸੀ।
ਮੈਂ ਡਿਊਟੀ ਤੇ ਬਾਹਰ ਨਕਲ ਆਇਆ ਜੋ ਆਇਆ ਮੈਂ ਸੁਣਿਆ ਆਇਆ ਮੈਂ ਹਾਂਜੀ ਮੈਂ ਦਸ ਗਿਆਰਾਂ ਵਜੇ ਤੱਕ ਨਾਕੇ ਤੇ ਹੈ ਮੈਂ 11:30 ਨਾਕੇ ਤੇ ਸੁਣ ਕੇ ਆਇਆ ਵੀ ਆਹ ਗੱਲਬਾਤ ਹੰਗਾਮਾ ਕੋਈ ਨਹੀਂ ਕੁੜੀ ਵਾਲੇ ਜ਼ਬਰਦਸਤੀ ਸਾਨੂੰ ਕਹਿੰਦੇ ਵੀ ਆਪਣੇ ਕੁੜੀ ਸਾਨੂੰ ਦਿਓ ਤੇ ਅਸੀਂ ਆਖਿਆ ਕੋਰਟ ਦੇ ਆਰਡਰ ਤੋਂ ਬਿਨਾਂ ਨਹੀਂ ਦੇ ਸਕਦੇ ਕਿਸੇ ਨੂੰ ਹਾਂਜੀ ਹਾਂ ਉਸ ਤੋਂ ਬਾਅਦ ਮੈਂ ਆ ਗਿਆ ਕਿਹੜੀ ਬਾ ਵਰਦੀ ਸੀ ਹਵਲਦਾਰ ਹਾਂ ਉਹਨੇ ਅੱਜ ਕੋਰਟ 'ਚ ਫਿਰ ਉਹਨੂੰ ਦੁਬਾਰਾ ਪੇਸ਼ ਕਰਨਾ ਸੀ ਜੱਜ ਸਾਹਿਬ ਦੇ ਹੁਕਮ ਨਾਲ ਇਹ ਤਾਂ ਬਰਕਤ ਅਸੀਂ ਸਾਡੀ ਕਸਟਡੀ ਦੇ ਵਿੱਚ ਸੀ ਉਹ ਅਮਰਿੰਦਰ ਕੌਰ ਦੀ ਕਸਟਡੀ ਦੇ ਵਿੱਚ ਸੀ ਉਹ ਆਈ ਹੋਆ ਉਹ ਜ਼ਿਆਦਾ ਡਿਟੇਲ ਤੁਹਾਨੂੰ ਉਹ ਦੱਸ ਸਕਦੇ ਜਿਹੜੇ ਇਹਨਾਂ ਦਾ ਐਲੀਗੇਸ਼ਨ ਹੈ ਵੀ ਹੈ ਕਿ ਜਿਹੜੇ ਵਿਜ਼ੂਅਲ ਹੈਗੇ ਜਿਹੜੇ ਵੀਡੀਓ ਵਿੱਚ ਮੁਲਾਜ਼ਮ ਜਿਹੜੇ ਨੇ ਕੁਛ ਸ਼ਰਾਬੀ ਆ ਰਹੇ ਜਿਹੜੇ ਨਾਲ ਰੋਪਾਈ ਵੀ ਨਹੀਂ ਜੀ ਇਹ ਤਾਂ ਪੁਲਿਸ ਦਾ ਪਬਲਿਕ ਦਾ ਪਹਿਲਾ ਜਿਹੜਾ ਵਿਚਾਰ ਹੁੰਦਾ ਵੀ ਉਹ ਆਪਣਾ ਇਲਜ਼ਾਮ ਇਹੋ ਲਾਉਂਦੇ ਹੁੰਦੇ ਪੁਲਿਸ ਦਾ ਇਹੋ ਜਿਹੀ ਕੋਈ ਗੱਲ ਨਹੀਂ ਸੀ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।